ਗਾਂ ਇੱਕ ਅਜਿਹਾ ਪਸ਼ੂ ਹੈ ਜਿਸ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਮਿਲੇ ਜਾਂ ਨਾ ਮਿਲੇ, ਉਹ ਹਮੇਸ਼ਾ ਲੋਕਾਂ ਦੀ ਸਿਹਤ ਲਈ ਲਾਭਕਾਰੀ ਰਹਿੰਦੀ ਹੈ। ਗਾਂ ਦਾ ਦੁੱਧ ਨਾਲ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ। ਆਓ ਜਾਣਦੇ ਹਾਂ ਅਜਿਹੇ ਕੁਝ ਲਾਭ ਜੋ ਸਾਨੂੰ ਗਾਂ ਦੇ ਦੁੱਧ ਤੋਂ ਮਿਲਦੇ ਹਨ। ਨੰਬਰ 1, ਕੈਂਸਰ। ਗਾਂ ਦੇ ਦੁੱਧ 'ਚ ਮੌਜੂਦ ਕੈਲਸ਼ੀਅਮ ਕੈਂਸਰ ਸੈੱਲ ਬਣਨ ਤੋਂ ਰੋਕਦਾ ਹੈ। ਇਸ ਨਾਲ ਖਾਸ ਕਰਕੇ ਬ੍ਰੈਸਟ ਕੈਂਸਰ ਦਾ ਖਤਰਾ ਟਲਦਾ ਹੈ। ਨੰਬਰ 2, ਸਿਹਤਮੰਦ ਦਿਲ। ਗਾਂ ਦੇ ਦੁੱਧ ਵਿੱਚ ਵਿਟਾਮਿਨ B12 ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਨਾਲ ਹਾਰਟ ਡਿਜ਼ੀਜ਼ ਦੀ ਪਰੇਸ਼ਾਨੀ ਘੱਟ ਹੁੰਦੀ ਹੈ। ਨੰਬਰ 3, ਕਿਡਨੀ ਸਟੋਨ। ਗਾਂ ਦੇ ਦੁੱਧ 'ਚ ਮੌਜੂਦ ਪੋਟਾਸ਼ੀਅਮ ਅਤੇ ਕੈਲਸ਼ੀਅਮ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ, ਇਸ ਨਾਲ ਕਿਡਨੀ ਸਟੋਨ ਦਾ ਖਤਰਾ ਘੱਟ ਹੁੰਦਾ ਹੈ। ਨੰਬਰ 4, ਚਮਕਦਾਰ ਬਾਲ। ਗਾਂ ਦੇ ਦੁੱਧ 'ਚ ਨਮਕ ਪਾ ਕੇ ਬਾਲਾਂ 'ਚ ਲਗਾਉਣ ਨਾਲ ਬਾਲਾਂ ਦਾ ਝੜਨਾ ਘੱਟ ਹੁੰਦਾ ਹੈ, ਇਸ ਨਾਲ ਬਾਲ ਸੰਘਣੀ ਅਤੇ ਚਮਕਦਾਰ ਹੋਣ ਲੱਗਦੇ ਹਨ। ਨੰਬਰ 5, ਦੁਬਲਾਪਨ ਦੂਰ ਕਰੇ। ਗਾਂ ਦੇ ਘਿਓ ਵਿੱਚ ਪ੍ਰੋਟੀਨ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਰੋਜ਼ਾਨਾ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਪਤਲੇ ਬੰਦੇ ਸਿਹਤਮੰਦ ਹੁੰਦੇ ਹਨ। ਨੰਬਰ 6, ਸਿਰ ਦਰਦ। ਸਵੇਰੇ ਸ਼ਾਮ ਗਾਂ ਦੇ ਘਿਓ ਦੀਆਂ 2 ਬੂੰਦਾਂ ਨੱਕ 'ਚ ਪਾਉਣ ਨਾਲ ਸਿਰ ਦਰਦ ਦੂਰ ਹੁੰਦਾ ਹੈ। ਇਹ ਮਾਈਗ੍ਰੇਨ ਦੀ ਪਰੇਸ਼ਾਨੀ ਨੂੰ ਵੀ ਕੰਟਰੋਲ ਕਰਦਾ ਹੈ। ਦੁੱਧ ਵਿੱਚ 1 ਚਮਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਪਾਚਨ ਨੂੰ ਠੀਕ ਕਰਨ ਵਿੱਚ ਮਦਦ ਮਿਲਦੀ ਹੈ, ਇਸ ਕਾਰਨ ਪੇਟ ਨਾਲ ਜੁੜੀ ਕੋਈ ਵੀ ਸਮੱਸਿਆ ਨਹੀਂ ਹੁੰਦੀ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਜੇਕਰ ਕਬਜ਼ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਗਾਂ ਦੇ ਦੁੱਧ 'ਚ ਘਿਓ ਮਿਲਾ ਕੇ ਪੀਓ। ਨੰਬਰ 1, ਜੋੜਾਂ ਦੇ ਦਰਦ ਤੋਂ ਰਾਹਤ। ਜੋੜਾਂ ਵਿੱਚ ਦਰਦ ਹੋਵੇ ਤਾਂ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਜ਼ਰੂਰ ਪੀਓ। ਘਿਓ ਜੋੜਾਂ ਵਿੱਚ ਲੁਬਰੀਕੇਸ਼ਨ ਵਧਾਉਂਦਾ ਹੈ ਅਤੇ ਸੋਜ ਘੱਟ ਕਰਦਾ ਹੈ। ਇਸ ਵਿੱਚ ਓਮੇਗਾ 3 ਅਤੇ 6 ਫੈਟੀ ਐਸਿਡ ਹੁੰਦੇ ਹਨ। ਦੁੱਧ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਨੰਬਰ 2, ਇਮਿਊਨਿਟੀ ਬੂਸਟਰ ਅਤੇ ਐਸਿਡਿਟੀ ਨੂੰ ਦੂਰ ਕਰਦਾ ਹੈ। ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਅਲਸਰ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ, ਨਾਲ ਹੀ ਇਸ ਨਾਲ ਜਲਣ ਦੀ ਵੀ ਕੋਈ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ। ਘਿਓ ਔਂਤੜੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨੰਬਰ 3, ਤਾਕਤ ਵਧਾਏਗਾ। ਦੁੱਧ ਦੇ ਨਾਲ ਦੇਸੀ ਘਿਓ ਪੀਣ ਨਾਲ ਸਰੀਰਕ ਤਾਕਤ ਵੱਧਦੀ ਹੈ। ਲੰਬੇ ਸਮੇਂ ਤੱਕ ਕੰਮ ਕਰਨ ਦੇ ਯੋਗ ਹੋਣ ਮਾਸਪੇਸ਼ੀਆਂ ਵੀ ਮਜ਼ਬੂਤ ਰਹਿੰਦੀਆਂ ਹਨ। ਦੁੱਧ ਪੀਣ ਨਾਲ ਹੱਡੀਆਂ ਅਤੇ ਦੰਦ ਵੀ ਲੰਬੀ ਉਮਰ ਤੱਕ ਸਿਹਤਮੰਦ ਰਹਿ ਸਕਦੇ ਹਨ। ਨੰਬਰ 4, ਚਮਕਦਾਰ ਅਤੇ ਸਿਹਤਮੰਦ ਚਮੜੀ। ਵੱਧਦੇ ਤਣਾਅ ਅਤੇ ਪ੍ਰਦੂਸ਼ਣ ਕਾਰਨ ਚਮੜੀ ਨੂੰ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਇਸ ਨਾਲ ਖੁਸ਼ਕੀ ਅਤੇ ਚਮਕ ਦੂਰ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਕਾਫ਼ੀ ਫਾਇਦਾ ਹੋ ਸਕਦਾ ਹੈ। ਇਸ ਤਰ੍ਹਾਂ ਦੁੱਧ 'ਚ 1 ਚਮਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਸਿਹਤ ਨੂੰ ਫਾਇਦਾ ਹੋ ਸਕਦਾ ਹੈ। ਇਸ ਦੇ ਫਾਇਦੇ ਲਈ ਅੱਜ ਤੋਂ ਹੀ ਦੁੱਧ 'ਚ ਦੇਸੀ ਘਿਓ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ। ਪੁਰਾਣੇ ਜ਼ਮਾਨੇ 'ਚ ਬੱਚੇ ਦੇ ਜਨਮ ਲੈਣ ਤੋਂ ਬਾਅਦ ਹੀ ਉਸ ਨੂੰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ ਗਿਆ ਜਾਂਦਾ ਸੀ, ਪਰ ਅੱਜ ਕੱਲ੍ਹ ਡਾਕਟਰ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾਉਣ ਦੇ ਲਈ ਮਨ੍ਹਾ ਕਰਦੇ ਹਨ। ਇਸ ਦੀ ਜਗ੍ਹਾ ਡਾਕਟਰ ਬੱਚਿਆਂ ਨੂੰ ਫਾਰਮੂਲਾ ਮਿਲਕ ਦੇਣ ਦੀ ਸਲਾਹ ਦਿੰਦੇ ਹਨ। ਹਾਲਾਂਕਿ ਫਾਰਮੂਲਾ ਮਿਲਕ ਵੀ ਗਾਂ ਦੇ ਦੁੱਧ ਤੋਂ ਹੀ ਬਣਿਆ ਹੁੰਦਾ ਹੈ, ਪਰ ਇਸ ਨਾਲ ਬੱਚਿਆਂ ਦੇ ਪਾਚਣ ਦੇ ਹਿਸਾਬ ਨਾਲ ਤੋੜ ਮਰੋੜ ਕਰ ਦਿੱਤਾ ਜਾਂਦਾ ਹੈ। ਆਖਿਰ ਕਿਉਂ 1 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਗਾਂ ਦਾ ਦੁੱਧ ਪਿਲਾਉਣ ਤੋਂ ਮਨ੍ਹਾ ਕੀਤਾ ਜਾਂਦਾ ਹੈ? ਆਓ ਜਾਣਦੇ ਹਾਂ ਡਾਕਟਰ ਕਿਉਂ ਕਹਿੰਦੇ ਹਨ 1 ਸਾਲ ਦੇ ਬੱਚੇ ਨੂੰ ਗਾਂ ਦਾ ਦੁੱਧ ਪਿਲਾਉਣਾ ਤੋਂ ਮਨ੍ਹਾ। ਹੈਲਥ ਐਕਸਪਰਟ 1 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਗਾਂ ਦਾ ਦੁੱਧ ਪਿਲਾਉਣ ਤੋਂ ਮਨ੍ਹਾ ਇਸ ਲਈ ਕਰਦੇ ਹਨ ਕਿਉਂਕਿ ਇਸ ਦੌਰਾਨ ਬੱਚੇ ਦਾ ਪਾਚਨ ਤੰਤਰ ਨਾਜ਼ੁਕ ਹੁੰਦਾ ਹੈ। ਅਜਿਹੇ 'ਚ ਗਾਂ ਦਾ ਦੁੱਧ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਦਰਅਸਲ ਗਾਂ ਦੇ ਦੁੱਧ 'ਚ ਜ਼ਿਆਦਾ ਮਾਤਰਾ ਵਿੱਚ ਸੋਡੀਅਮ, ਪ੍ਰੋਟੀਨ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਬੱਚੇ ਨੂੰ ਹਜ਼ਮ ਕਰਨ 'ਚ ਮੁਸ਼ਕਲ ਹੁੰਦਾ ਹੈ। ਉੱਥੇ ਬੱਚੇ ਦੇ ਸ਼ੁਰੂਆਤੀ ਵਿਕਾਸ ਦੌਰਾਨ ਆਇਰਨ, ਵਿਟਾਮਿਨ E ਅਤੇ ਫੈਟੀ ਐਸਿਡ ਦੀ ਜ਼ਰੂਰਤ ਹੁੰਦੀ ਹੈ ਜੋ ਦੁੱਧ ਵਿੱਚ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਉਹਨਾਂ ਦੀ ਗਰੋਥ ਲਈ ਡਾਕਟਰ ਗਾਂ ਦੇ ਦੁੱਧ ਲਈ ਮਨ੍ਹਾ ਕੀਤਾ ਜਾਂਦਾ ਹੈ। ਗਾਂ ਦੇ ਦੁੱਧ 'ਚ ਆਇਰਨ ਦੀ ਕਮੀ ਨਾਲ ਕਈ ਵਾਰ ਬੱਚਿਆਂ ਨੂੰ ਅਨੀਮੀਆ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਕਦੋਂ ਪਿਲਾ ਸਕਦੇ ਹਾਂ ਗਾਂ ਦਾ ਦੁੱਧ? ਬੱਚੇ ਦੇ 1 ਸਾਲ ਹੋਣ ਤੋਂ ਬਾਅਦ ਗਾਂ ਦਾ ਦੁੱਧ ਪਿਲਾਇਆ ਜਾ ਸਕਦਾ ਹੈ। ਇਸ ਦੌਰਾਨ ਉਸ ਨੂੰ ਫੁੱਲ ਫੈਟ ਮਿਲਕ ਦਿੱਤਾ ਜਾ ਸਕਦਾ ਹੈ।
हालांकि दिन च 400 मिली तो ज़्यादा दुध देन की बच्चे नूं जरूरत नहीं। गां दे दुध दे फायदे, बच्चे नूं गां दा दुध देन नाल उसकी कैल्शियम की कमी पूरी होंदी है, इस नाल उसका मानसिक स्वास्थ्य भी ठीक रहिंदा है। गां दे दुध च मौजूद कैल्शियम बच्चे दीआं हड्डियां मजबूत होंदियां हन। गां दे दुध च मौजूद प्रोटीन फैट वर्गे पोषक तत्व बच्चे दे विकास लई जरूरी हन। जेकर तुहानू साडियां वीडियोज़ वधिया लगदियां नहीं तो वीडियो नूं ज़्यादा तो ज़्यादा लाइक शेयर ते चैनल नूं सबसक्राइब करना बिल्कुल भी ना भुल्लो। धन्यवाद।